2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਦੀ ਸਿਆਸਤ ਦੇ ਵਿੱਚ 360 ਡਿਗਰੀ ਵਾਲੀ ਖੇਡ ਖੇਡਣ ਦੇ ਮੂਡ ਦੇ ਵਿੱਚ ਹੈ ਜਿਸ ਨੇ ਉਸ ਨੂੰ ਅਸਾਮ ਪੱਛਮੀ ਬੰਗਾਲ ਨਾਗਾਲੈਂਡ ਮਹਾਰਾਸ਼ਟਰ ਮੱਧ ਪ੍ਰਦੇਸ਼ ਦੀ ਸੱਤਾ ਦੇ ਵਿੱਚ ਪਹੁੰਚਾਇਆ ਬੀਜੇਪੀ ਇਸ ਸਿਆਸੀ ਚਾਲ ਵਿਰੋਧੀਆਂ ਦੇ ਮੋਰੀਆਂ ਦੇ ਮੋਢੇ ذریعے ਖੇਡਣ ਦੀ ਆਦੀ ਹੈ ਰਾਜਸਥਾਨ ਨੂੰ ਛੱਡ ਕੇ 99% ਦੀ ਜਿੱਤ ਵੀ ਬੀਜੇਪੀ ਨੇ ਹਾਸਲ ਕੀਤੀ ਹੈ 360 ਡਿਗਰੀ ਵਾਲੀ ਖੇਡ ਦੇ ਸਰੀਏ ਕੀ ਹੁਣ ਬੀਜੇਪੀ ਦੇ ਲਈ ਪੰਜਾਬ ਦੇ ਵਿੱਚ ਇਹ ਕੰਮ ਸੁਨੀਲ ਜਾਖੜ ਕਰਨਗੇ ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਹਾਡੇ ਸਾਹਮਣੇ ਹਰਸ਼ਰਨ ਕੌਰ ਪ੍ਰਾਈਮ ਸਟੋਰੀ ਲੈ ਕੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ ਕਿਉਂ ਬੀਜੇਪੀ ਨੂੰ ਪੰਜਾਬ ਦੇ ਵਿੱਚ ਸੁਨੀਲ ਜਾਖੜ ਦੇ ਰੂਪ ਚ ਪਾਰਟੀ ਦਾ ਭਵਿੱਖ ਨਜ਼ਰ ਆ ਰਿਹਾ ਹੈ ਜਾਖੜ ਨੂੰ ਪੰਜਾਬ ਦਾ ਸੂਬਾ ਪ੍ਰਧਾਨ ਬਣਾਉਣ ਦੇ ਨਾਲ ਬੀਜੇਪੀ ਕਿਵੇਂ ਇੱਕ ਤੀਰ ਨਾਲ ਤਿੰਨ ਸੂਬਿਆਂ ਦੇ ਵਿੱਚ ਪੀਏਚਾਰ ਦੇ ਫਾਰਮੂਲੇ ਨਾਲ ਅਗਲੇ 1 ਸਾਲ ਦੇ ਵਿੱਚ ਫਾਇਦਾ ਚੁੱਕਣ ਜਾ ਰਹੀ ਹੈ ਕਹਿੰਦੇ ਨੇ ਪੰਜਾਬ ਦੀ ਸਿਆਸਤ ਸਿੱਖ ਚਿਹਰੇ ਦੇ ਆਲੇ ਦੁਆਲੇ ਘੁੰਮਦੀ ਹੈ ਪਰ ਇਸ ਦੇ ਬਾਵਜੂਦ ਬੀਜੇਪੀ ਨੇ ਹਿੰਦੂ ਚਿਹਰਾ ਕਿਉਂ ਚੁਣਿਆ ਜੇ ਅਸਲ ਦੇ ਵਿੱਚ ਹੀ ਚੁਣ ਲਿਆ ਹੈ ਜਦਕਿ ਕਾਂਗਰਸ ਤੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਗਜ ਸਿੱਖ ਜੱਟ ਚਿਹਰੇ ਬੀਜੇਪੀ ਦੇ ਵਿੱਚ ਸ਼ਾਮਿਲ ਵੀ ਹੋਏ ਨੇ ਜੋ ਚਾਰ-ਚਾਰ ਵਾਰੀ ਵਿਧਾਇਕ ਵੀ ਬਣੇ ਨੇ ਕੈਪਟਨ ਅਮਰਿੰਦਰ ਸਿੰਘ ਤਾਂ ਮੁੱਖ ਮੰਤਰੀ ਰਹਿ ਚੁੱਕੇ ਨੇ ਫਿਰ ਜਾਖੜ ਨੂੰ ਹੀ ਕਿਉਂ ਬੀਜੇਪੀ ਸੂਬੇ ਦੀ ਕਮਾਨ ਸੌਂਪਣਾ ਚਾਹੁੰਦੀ ਹੈ ਇਹ ਉਹ ਸਾਰੇ ਸਵਾਲ ਨੇ ਜੋ ਬੀਜੇਪੀ ਦੀ ਸਿਆਸੀ ਸੋਚ ਨੂੰ ਹੋਰ ਪਾਰਟੀਆਂ ਤੋਂ ਵੱਖ ਕਰਦੇ ਨੇ ਸੋ ਹੁਣੇ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਬੀਜੇਪੀ ਨੂੰ ਸੁਨੀਲ ਜਾਖੜ ਦੇ ਬੀਜੇਪੀ ਪੰਜਾਬ ਪ੍ਰਧਾਨ ਬਣ ਦਾ ਕੀ ਫਾਇਦਾ ਹੋਏਗਾ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਆਉਣ ਵਾਲਾ ਸਭ ਤੋਂ ਵੱਡਾ ਚਿਹਰਾ ਸੀ ਦੋ ਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰ ਉਮਰ ਦੇ ਲਿਹਾਜ਼ ਨਾਲ ਕੈਪਟਨ ਦਾ ਸਿਆਸਤ ਵਿੱਚ ਜ਼ਿਆਦਾ ਰੋਲ ਇਸ ਵਕਤ ਨਹੀਂ ਦਿਖਾਈ ਦਿੰਦਾ ਬਾਕੀ ਬਲਬੀਰ ਸਿੰਘ ਸਿੱਧੂ ਮਨਪ੍ਰੀਤ ਸਿੰਘ ਬਾਦਲ ਰਾਣਾ ਗੁਰਮੀਤ ਸਿੰਘ ਸੋਢੀ ਗੁਰਪ੍ਰੀਤ ਸਿੰਘ ਕਾਂਗੜਾ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਆਏ ਸਿੱਖ ਚਿਹਰੇ ਨੇ ਤੇ 4 ਤੋਂ 5 ਵਾਰੀ ਦੇ ਵਿਧਾਇਕ ਤੇ ਮੰਤਰੀ ਵੀ ਰਹਿ ਚੁੱਕੇ ਨੇ ਪਰ ਆਪਣੇ ਇਲਾਕੇ ਦੇ ਵਿੱਚ ਤਾਂ ਮਕਬੂਲ ਹੋ ਸਕਦੇ ਨੇ ਪੂਰੇ ਪੰਜਾਬ ਦੇ لحاظ ਨਾਲ ਇਹਨਾਂ ਦਾ ਕਦ ਤੇ ਤਾਕਤ ਕਾਫੀ ਕਮਜ਼ੋਰ ਦਿਖਾਈ ਦਿੰਦੀ ਹੈ ਬੀਜੇਪੀ ਦੀ ਪੁਰਾਣੀ ਲੀਡਰਸ਼ਿਪ ਦੇ ਵਿੱਚ ਵੀ ਕੋਈ ਅਜਿਹਾ ਚਿਹਰਾ ਨਹੀਂ ਹੈ ਜਿਸ ਦੀ ਪੂਰੇ ਪੰਜਾਬ ਦੇ ਵਿੱਚ ਪਛਾਣ ਹੋਵੇ 2017 ਤੱਕ ਸੁਨੀਲ ਜਾਖੜ ਦੀ ਪਛਾਣ ਕਿਤੇ ਨਾ ਕਿਤੇ ਸਿਰਫ ਆਪਣੇ ਹੀ ਵਿਧਾਨ ਸਭਾ ਹਲਕੇ ਤੱਕ ਸੀ ਪਰ 2017 ਦੇ ਵਿੱਚ ਕਾਂਗਰਸ ਦੇ ਸੂਬਾ ਪ੍ਰਧਾਨ ਦੀ ਜਦੋਂ ਜ਼ਿੰਮੇਵਾਰੀ ਮਿਲੀ ਤਾਂ ਪੂਰੇ ਪੰਜਾਬ ਦੇ ਜਿਹੜੇ ਵਰਕਰ ਨੇ ਪਾਰਟੀ ਦੇ ਉਹਨਾਂ ਦੇ ਨਾਲ ਤਾਲਮੇਲ ਹੋਇਆ ਤੇ ਇਸ ਗੱਲ ਨੇ ਜਾਖੜ ਦਾ ਕਦ ਕਾਫੀ ਵੱਡਾ ਕਰ ਦਿੱਤਾ ਸੀ ਇਸ ਦੀ ਇਸ ਗੱਲ ਦੀ ਉਦਾਹਰਣ ਇੱਥੋਂ ਮਿਲਦੀ ਹੈ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦਿੱਤਾ ਤਾਂ ਕਾਂਗਰਸ ਹਾਈ ਕਮਾਨ ਨੇ ਵਿਧਾਇਕਾਂ ਦੀ ਸੀਕ੍ਰੇਟ ਪੋਲਿੰਗ ਕਰਵਾਈ ਸੀ 50 ਤੋਂ ਵੱਧ ਵਿਧਾਇਕਾਂ ਨੇ ਇਹ ਕਹਿੰਦੇ ਜਾਖੜ ਨੂੰ ਮੁੱਖ ਮੰਤਰੀ ਬਣਾਉਣ ਦੀ ਵਕਾਲਤ ਕੀਤੀ ਸੀ ਇਸ ਬਾਰੇ ਜਾਖੜ ਖੁਦ ਵੀ ਬਿਆਨ ਦੇ ਚੁੱਕੇ ਨੇ ਉਹ ਗੱਲ ਵੱਖਰੀ ਹੈ ਕਿ ਕਾਂਗਰਸ ਨੇ ਸ਼ਾਇਦ ਦਲਿਤ ਚਿਹਰਾ ਹੋਣ ਦੀ ਵਜ੍ਹਾ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ ਇਸ ਤੋਂ ਇਲਾਵਾ ਸੁਨੀਲ ਜਾਖੜ ਦੇ ਕੋਲ ਕਾਂਗਰਸ ਦਾ ਪਾਰਟੀ ਪ੍ਰਧਾਨ ਰਹਿੰਦੇ ਹੋਏ ਤਜਰਬਾ ਹੈ ਕਰਨ ਦੀਆਂ ਭਾਵਨਾਵਾਂ ਨੂੰ ਸਮਝਣਦਾ ਉਂਝ ਵੀ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਆਏ ਸਾਰੇ ਦਿਗਜ ਜਾਖੜ ਦਾ ਸਤਿਕਾਰ ਕਰਦੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵੀ ਜਾਖੜ ਕਾਫੀ ਕਰੀਬੀ ਨੇ ਇਸ ਲਈ ਉਹਨਾਂ ਦੇ ਬੀਜੇਪੀ ਦਾ ਸੂਬਾ ਪ੍ਰਧਾਨ ਬਣਨ ਨਾਲ ਕਿਸੇ ਨੂੰ ਕੋਈ ਖਾਸ ਹੀ ਇਤਰਾਜ਼ ਹੋਵੇਗਾ ਪਰ ਖਬਰਾਂ ਇਹ ਜ਼ਰੂਰ ਆ ਰਹੀਆਂ ਨੇ ਕਿ ਬੀਜੇਪੀ ਦੇ ਪੁਰਾਣੇ ਲੀਡਰ ਸੁਨੀਲ ਜਾਖੜ ਦੇ ਇੱਕ ਸਾਲ ਦੇ ਅੰਦਰ ਅੰਦਰ ਸੂਬੇ ਦੇ ਵਿੱਚ ਪਾਰਟੀ ਦਾ ਪ੍ਰਧਾਨ ਬਣਨ ਨੂੰ ਲੈ ਕੇ ਨਿਰਾਸ਼ ਨੇ ਪਰ ਭਾਜਪਾ ਜਿਵੇਂ ਦੀ ਪਾਰਟੀ ਹੈ ਬਗਾਵਤ ਭਾਜਪਾ ਦੇ ਲਈ ਕੁਝ ਜ਼ਿਆਦਾ ਸਿਰਦਰਦੀ ਨਹੀਂ ਹੁੰਦੀ ਸੁਨੀਲ ਜਾਖੜ ਦੇ ਹੱਕ 'ਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਚੰਗੇ ਬੁਲਾਰੇ ਨੇ ਸਰਕਾਰ ਨੂੰ ਹਰ ਮੁੱਦੇ ਤੇ ਘੇਰਨ ਦੀ ਕਾਬਲੀਅਤ ਰੱਖਦੇ ਨੇ ਪੰਜਾਬ ਬੀਜੇਪੀ ਦੇ ਨਵੇਂ ਤੇ ਪੁਰਾਣੇ ਆਗੂਆਂ ਦੇ ਵਿੱਚ ਹੁਣ ਤੱਕ ਕੋਈ ਅਜਿਹੀ ਆਵਾਜ਼ ਨਹੀਂ ਹੈ ਜੋ ਸਰਕਾਰ ਨੂੰ ਸੋਚਣ ਦੇ ਲਈ ਮਜਬੂਰ ਕਰ ਦੇਵੇ ਜਾਖੜ ਦੇ ਸਵਾਲ ਕਈ ਵਾਰੀ ਸਰਕਾਰ ਨੂੰ ਪਰੇਸ਼ਾਨ ਕਰਦੇ ਰਹਿੰਦੇ ਨੇ ਜੱਟ ਆਗੂ ਹੋਣ ਦੇ ਨਾਲ ਨਾਲ ਉਹ ਕਿਸਾਨੀ ਸਿਆਸਤ ਨੂੰ ਵੀ ਸਮਝਦੇ ਨੇ ਕਿਹੜੇ ਕਿਸਾਨੀ ਮੁੱਦੇ ਬੀਜੇਪੀ ਨੂੰ ਸੱਤਾ ਤੱਕ ਪਹੁੰਚਾ ਸਕਦੇ ਨੇ ਜਾਖੜ ਇਸ ਦੀ ਨਬਜ਼ ਜਾਣਦੇ ਨੇ ਮਾਲਵਾ ਪੰਜਾਬ ਦਾ ਸਭ ਤੋਂ ਵੱਡਾ ਸਿਆਸੀ ਖੇਤਰ ਹੈ ਜਾਖੜ ਅਬੋਰ ਹਲਕੇ ਦੇ ਤਿੰਨ ਵਾਰੀ ਵਿਧਾਇਕ ਰਹੇ ਸਿਰਫ ਇੰਨਾ ਹੀ ਨਹੀਂ ਪੰਜਾਬ ਦੇ ਦੂਸਰੇ ਕੋਨੇ ਗੁਰਦਾਸਪੁਰ ਤੋਂ ਖੜ ਐਮਪੀ ਵੀ ਬਣੇ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਸੁਨੀਲ ਜਾਖੜ ਦੀ ਪੰਜਾਬ ਦੇ ਵਿੱਚ ਸਿਆਸੀ ਤਾਕਤ ਦਾ ਪੰਜਾਬ ਦੇ ਵਿੱਚ ਤਕਰੀਬਨ 38% ਹਿੰਦੂ ਵੋਟਰ ਨੇ ਜਾਖੜ ਦੇ ਆਉਣ ਨਾਲ ਹਿੰਦੂ ਵੋਟਰ ਬੀਜੇਪੀ ਦੇ ਨਾਲ ਜੁੜ ਸਕਦੇ ਨੇ ਜਿਸ ਤਰ੍ਹਾਂ ਜਾਖੜ ਨੇ ਬੇਅਦਬੀ ਵਰਗੇ ਮੁੱਦੇ ਤੇ ਸਖਤ ਸਟੈਂਡ ਲਿਆ ਸੀ ਉਸ ਤੇ ਸਿੱਖਾਂ ਦੇ ਵਿੱਚ ਵੀ ਜਾਖੜ ਦਾ ਅਕਸ ਕਿਤੇ ਨਾ ਕਿਤੇ ਚੰਗਾ ਹੈ ਸੁਨੀਲ ਜਾਖੜ ਪੰਜਾਬ ਦੀ ਪੰਥਕ ਸਿਆਸਤ ਨੂੰ ਸਮਝਦੇ ਨੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਤੱਕ ਜਾਖੜ ਦੇ ਨਾਲ ਜੁੜਿਆ ਅਜਿਹਾ ਕੋਈ ਵਿਵਾਦ ਨਹੀਂ ਹੈ ਜੋ ਜਾਖੜ ਨੂੰ ਪੰਜਾਬ ਦੀ ਸਿਆਸਤ ਵਿੱਚ ਕਮਜ਼ੋਰ ਕਰੇ ਉਪਰ اشتਾ ਚਾਰ ਵਰਗਾ ਇਲਜ਼ਾਮ ਨਾਕਿਸੇ ਕੁਟਾਲੇ ਦੇ ਵਿੱਚ ਜਾਖੜ ਦਾ ਨਾਮ ਆਇਆ ਹੈ ਇਸੇ ਲਈ ਜਿਸ ਦਿਨ ਸੁਨੀਲ ਜਾਖੜ ਨੇ ਬੀਜੇਪੀ ਜੁਆਇਨ ਕੀਤੀ ਸੀ ਉਸੇ ਦਿਨ ਤੋਂ ਜਾਖੜ ਦੇ ਪਾਰਟੀ ਪ੍ਰਧਾਨ ਬਣ ਦੀ ਚਰਚਾ ਸ਼ੁਰੂ ਹੋ ਗਈ ਸੀ ਬੀਜੇਪੀ ਜਾਖੜ ਨੂੰ ਪੀ ਹੈ ਚਾਰ ਦੇ ਫਾਰਮੂਲੇ ਦੇ ਨਾਲ ਵੀ ਵੇਖ ਰਹੀ ਹੈ ਇਹ ਫਾਰਮੂਲਾ ਕੀ ਹੈ ਉਹ ਆਪਾਂ ਤੁਹਾਨੂੰ ਦੱਸਦੇ ਹਾਂ ਪੀ ਦਾ ਮਤਲਬ ਪੰਜਾਬ ਜਾਖੜ ਦੇ ਰੂਪ ਚ ਬੀਜੇਪੀ ਨੂੰ ਪੰਜਾਬ ਦੇ ਵਿੱਚ ਵੱਡਾ ਹਿੰਦੂ ਚਿਹਰਾ ਚੰਗਾ ਬੁਲਾਰਾ ਪਾਰਟੀ ਨੂੰ ਅੱਗੇ ਵਧਾਉਂਦੀ ਕਾਬਲੀਅਤ ਰੱਖਣ ਵਾਲਾ ਆਗੂ ਤੇ ਸੂਬੇ ਦੀ ਪੰਥਕ ਕਿਸਾਨੀ ਵੋਟ ਬੈਂਕ ਨੂੰ ਅੱਗੇ ਵਧਾਉਣ ਵਾਲਾ ਆਗੂ ਤਾਂ ਮਿਲ ਜਾਊਗਾ ਨਾਲ ਹੀ ਨਾਲ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਬੀਜੇਪੀ ਜਾਖੜ ਬੀਜੇਪੀ ਦੇ ਲਈ ਜਾਖੜ ਵੱਡਾ ਰੋਲ ਅਦਾ ਕਰ ਸਕਦੇ ਨੇ ਰਾਜਸਥਾਨ ਵਿੱਚ 3 ਮਹੀਨੇ ਬਾਅਦ ਵਿਧਾਨ ਸਭਾ ਚੋਣਾਂ ਨੇ ਜਦ ਕਿ ਹਰਿਆਣਾ ਦੇ ਵਿੱਚ ਅਗਲੇ ਸਾਲ ਚੋਣਾਂ ਨੇ ਜਾਖੜ ਦੇ ਪਿਤਾ ਬਲਰਾਮ ਜਾਖੜ ਰਾਜਸਥਾਨ ਦੇ ਚੁਰੂ ਤੋਂ ਕਈ ਵਾਰੀ ਐਮਪੀ ਰਹਿ ਚੁੱਕੇ ਨੇ ਲੋਕ ਸਭਾ ਦੇ ਸਪੀਕਰ ਮੰਤਰੀ ਅਤੇ ਕੇਂਦਰ ਦੇ ਵਿੱਚ ਮੰਤਰੀ ਬਣੇ ਜਾਖੜ ਖਾਨਦਾਨ ਦਾ ਕਦਰ ਰਾਜਸਥਾਨ ਦੇ ਵਿੱਚ ਵੀ ਕਾਫੀ ਵੱਡਾ ਹੈ ਜਿਸ ਜਿੰਨਾ ਉਹ ਪੰਜਾਬ ਦੀ ਸਿਆਸਤ ਨੂੰ ਸਮਝਦੇ ਨੇ ਉਨਾ ਹੀ ਰਾਜਸਥਾਨ ਦੀ ਸਿਆਸਤ ਦੇ ਵਿੱਚ ਜਾਖੜ ਦੀ ਦਿਲਚਸਪੀ ਹੈ ਜਾਟ ਲੀਡਰ ਹੋਣ ਦੀ ਵਜ੍ਹਾ ਕਰਕੇ ਬੀਜੇਪੀ ਰਾਜਸਥਾਨ ਦੀਆਂ ਚੋਣਾਂ ਵਿੱਚ ਜਾਟਾਂ ਦਾ ਸੁਨੇਹਾ ਜਾਟਾਂ ਵਿੱਚ ਸੁਨੇਹਾ ਦੇਵੇਗੀ ਕਿ ਉਹਨਾਂ ਦੀ ਪਾਰਟੀ 'ਚ ਕਿੰਨੀ ਕਦਰ ਹੈ ਇਸੋਲਾ ਵਾਹ ਹਰਿਆਣਾ ਦੀ ਸਿਆਸਤ ਦੇ ਵਿੱਚ ਵੀ ਜਾਖੜ ਦੇ ਖਾਨਦਾਨ ਦਾ ਚੰਗਾ ਰੋਲ ਰਿਹਾ ਪਿਤਾ ਬਲਰਾਮ ਜਾਖੜ ਚਟਾਲਾ ਖਾਨਦਾਨ ਦੇ ਦਿਗਜ ਤੇ ਉਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਨੂੰ ਕਈ ਵਾਰੀ ਹਰਾ ਚੁੱਕੇ ਨੇ ਯਾਨੀ ਕੁੱਲ ਮਿਲਾ ਕੇ ਬੀਜੇਪੀ ਜਾਖੜ ਨੂੰ ਪੰਜਾਬ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਕੇ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਵੰਨਣਾ ਚਾਹੁੰਦੀ ਹੈ ਤਿੰਨ ਸੂਬਿਆਂ 'ਚ ਆਪਣੇ ਪੈਰ ਮਜ਼ਬੂਤ ਕਰਨਾ ਚਾਹ ਰਹੀ ਹੈ ਇਹੀ ਹੈ ਬੀਜੇਪੀ ਦਾ ਜਾਖ ਨੂੰ ਲੈ ਕੇ ਪੀ ਐਚ ਆਰ ਫਾਰਮੂਲਾ ਪੰਜਾਬ ਹਰਿਆਣਾ ਰਾਜਸਥਾਨ ਫਾਰਮੂਲਾ ਹੁਣ ਤੁਹਾਨੂੰ ਦੱਸਦੇ ਹਾਂ ਜਿਹਦੀ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਇਹ ਜਿਹੜਾ ਦਾਅ ਹੈ ਉਹ ਵਰਤਕੇ ਸੁਨੀਲ ਜਾਖੜ ਨੂੰ ਜੇ ਭਾਪੀ ਲਿਆਉਂਦੀ ਹੈ ਤਾਂ ਅਜਿਹਾ ਦਾਅ ਵਰਤਕੇ ਭਾਪੀ ਨੇ ਕਿਹੜੇ ਕਿਹੜੇ ਸੂਬਿਆਂ ਦੇ ਵਿੱਚ ਸੱਤਾ 'ਚ ਆਪਣਾ ਦਾਖਲਾ ਕੀਤਾ ਸੱਤਾ ਤੇ ਕਾਬਜ਼ ਹੋਈ ਇੱਥੇ ਬੀਜਪੀ ਦੇ 360 ਡਿਗਰੀ ਦੇ ਫਾਰਮੂਲੇ ਵਾਲੀ ਗੱਲ ਕਰਾਂਗੇ ਜਿਹੜਾ ਕਿ ਬੀਜਪੀ ਦੇ ਸੱਤਾ ਚੌਣ ਤੋਂ ਬਾਅਦ 2014 ਦੇ ਵਿੱਚ ਸ਼ੁਰੂ ਹੋਇਆ ਆਸਾਮ ਦੇ ਵਿੱਚ ਬੀਜਪੀ ਦੂਰ ਦੂਰ ਤੱਕ ਨਹੀਂ ਸੀ ਇੱਕ ਦੋ ਸੀਟਾਂ ਤੋਂ ਇਲਾਵਾ ਬੀਜਪੀ ਇੱਥੇ ਕਦੇ ਵੀ ਜਿੱਤ ਨਹੀਂ ਸਕੀ ਸੀ ਲਗਾਤਾਰ ਤਿੰਨ ਵਾਰੀ ਕਾਂਗਰਸ ਨੇ ਤਰुण ਗੁਗੋਈ ਦਾ ਚਿਹਰਾ ਮੂਰੇ ਕਰਕੇ ਸਰਕਾਰ ਬਣਾਈ ਉਸ ਵੇਲੇ ਕਾਂਗਰਸ ਵਿੱਚ ਦੂਸਰੇ ਨੰਬਰ ਤੇ ਸਭ ਤੋਂ ਮਜ਼ਬੂਤ ਚਿਹਰਾ ਸੀ ਹਿਮੰਤ ਵਿਸਵਾ ਸ਼ਰਮਾ ਦਾ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਜਿਸ ਤਰ੍ਹਾਂ ਆਸਾਮ ਦੇ ਵਿੱਚ ਬੀਜੇਪੀ ਨੇ ਵੱਡੀ ਜਿੱਤ ਹਾਸਲ ਕੀਤੀ ਕਾਂਗਰਸ ਨੂੰ ਲੱਗਦਾ ਸੀ ਤਰਨ ਗੋਗੋਈ ਦਾ ਜਾਦੂ ਹੁਣ ਨਹੀਂ ਚੱਲੇਗਾ ਪਾਰਟੀ ਦਾ ਦੂਡਾ ਦੂਜਾ ਵੱਡਾ ਚਿਹਰਾ ਹਿਮੰਤ ਵਿਸ਼ਵਾਸ਼ ਸ਼ਰਮਾ ਨੇ ਰਾਹੁਲ ਗਾਂਧੀ ਤੋਂ ਮਿਲਣ ਦਾ ਸਮਾਂ ਮੰਗਿਆ 2016 ਦੀਆਂ ਚੋਣਾਂ ਵਿੱਚ ਆਪਣੀ ਦਾਵੇਦਾਰੀ ਅੱਗੇ ਕੀਤੀ ਪਰ ਰਾਹੁਲ ਨੇ ਵਿਸ਼ਵਾ ਨੂੰ ਨਜ਼ਰਅੰਦਾਜ਼ ਕੀਤਾ ਤੇ ਅੱਜ ਨਤੀਜਾ ਤੁਹਾਡੇ ਸਾਹਮਣੇ ਹੈ ਵਿਸ਼ਵਾ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ 2016 ਦੇ ਵਿੱਚ ਉਹਨਾਂ ਨੇ ਆਪਣੇ ਦਮ ਤੇ ਭਾਜਪਾ ਨੂੰ ਪਹਿਲੀ ਵਾਰੀ ਅਸਾਮ ਦੇ ਵਿੱਚ ਸੱਤਾ ਦਵਾਈ ਹਾਲਾਂਕਿ ਭਾਜਪਾ ਨੇ ਉਹਨਾਂ ਨੂੰ ਮੰਤਰੀ ਬਣਾਇਆ ਮੁੱਖ ਮੰਤਰੀ ਨਹੀਂ ਬਣਾਇਆ ਪਰ ਭਾਜਪਾ ਜ਼ਿਆਦਾਤਰ ਵਿਸ਼ਵਾ ਸ਼ਰਮਾ ਨੂੰ ਮੁੱਖ ਮੰਤਰੀ ਦੇ ਉਹਦੇ ਤੋਂ ਦੂਰ ਨਹੀਂ ਰੱਖ ਸਕੀ ਦੂਸਰੀ ਵਾਰੀ 2021 ਦੇ ਵਿੱਚ ਜੋ ਚੋਣਾਂ ਹੋਈਆਂ ਤਾਂ ਵਿਸ਼ਵਾ ਨੇ ਆਪਣੇ ਆਪ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੀ ਸ਼ਰਤ ਰੱਖੀ ਭਾਜਪਾ ਨੇ ਕਾਂਗਰਸ ਵਾਂਗ ਗਲਤੀ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਵਿਸ਼ਵਾ ਦੀ ਸਿਆਸੀ ਤਾਕਤ ਦਾ ਅੰਦਾਜ਼ਾ ਹੋ ਗਿਆ ਸੀ ਇਸੇ ਤਰ੍ਹਾਂ ਕਾਂਗਰਸ ਦੇ ਆਗੂ ਦੇ ਦਮ ਦੇ ਉੱਤੇ ਭਾਜਪਾ ਨੇ ਦੂਜੀ ਵਾਰੀ ਅਸਾਮ ਦੇ ਵਿੱਚ ਸਰਕਾਰ ਬਣਾਈ ਤੇ ਫਿਰ ਇਹੀ ਫਾਰਮੂਲਾ ਭਾਜਪਾ ਨੇ ਪੱਛਮੀ ਬੰਗਾਲ ਦੇ ਵਿੱਚ ਖੇਡਿਆ ਜਿੱਥੇ ਭਾਜਪਾ ਦੇ ਸਿਰਫ ਇੱਕ ਜਾਂ ਦੋ ਵਿਧਾਇਕ ਹੁੰਦੇ ਸਨ ਇਸ ਵਕਤ ਭਾਜਪਾ ਪੱਛਮੀ ਬੰਗਾਲ ਦੇ ਵਿੱਚ ਵਿਰੋਧੀ ਧਿਰ ਹੈ ਤੇ ਵਿਰੋਧੀ ਧਿਰ ਕਦੇ ਨਾ ਕਦੇ ਸੱਤਾ ਦੇ ਵਿੱਚ ਵੀ ਆਉਂਦੀ ਹੈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਨੇ ਪੱਛਮੀ ਬੰਗਾਲ ਦੀਆਂ 42 ਚੋਂ 18 ਸੀਟਾਂ ਜਿੱਤੀਆਂ ਜਦ ਕਿ TMC ਨੇ 22 ਪੱਛਮੀ ਬੰਗਾਲ ਤੋਂ ਭਾਜਪਾ ਦਾ ਇੱਕ ਵੀ ਲੋਕ ਸਭਾ ਮੈਂਬਰ ਨਹੀਂ ਸੀ ਪਰ ਪਾਰਟੀ ਨੇ TMC ਦੇ ਸਭ ਤੋਂ ਵੱਡੇ ਲੀਡਰ ਤੇ ਰਣਨੀਤਿਕਾਰ ਸੁਭਿੰਦੂ ਅਧਿਕਾਰੀ ਨੂੰ ਆਪਣੇ ਪਾਲੇ ਦੇ ਵਿੱਚ ਲੈ ਕੇ ਸਾਰੀ ਬਾਜ਼ੀ ਪਲਟ ਦਿੱਤੀ ਸੀ ਫਿਰ ਇੱਕ ਤੋਂ ਬਾਅਦ ਇੱਕ TMC ਲੀਡਰ ਭਾਜਪਾ ਵਿੱਚ ਸ਼ਾਮਲ ਹੁੰਦੇ ਗਏ ਮਮਤਾ ਬੈਨਰਜੀ ਇੱਕ ਤਾਕੜ ਲੀਡਰ ਹੈ ਪੱਛਮੀ ਬੰਗਾਲ ਦੀ ਉਸ ਦੇ ਦਿਲ ਦੀਆਂ ਧੜਕਣਾਵਾਂ ਵਧੀਆਂ ਗਈਆਂ ਹਾਲਾਂਕਿ 2021 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਮਤਾ ਬੈਨਰਜੀ ਦੀ ਹਿੱਜਤ ਹੋਈ ਪਰ ਭਾਜਪਾ ਨੇ ਸੁਬਿੰਦੂ ਅਧਿਕਾਰੀ ਨੂੰ ਸਿੱਧਾ-ਸਿੱਧਾ ਮਮਤਾ ਬੈਨਰਜੀ ਦੇ ਖਿਲਾਫ ਖੜਾ ਕਰ ਦਿੱਤਾ ਸੀ ਭਾਵੇਂ ਇੱਥੇ ਮਮਤਾ ਬੈਨਰਜੀ ਦੀ ਪਾਰਟੀ TMC ਨੇ ਹੀ ਸਰਕਾਰ ਬਣਾਈ ਪਰ ਮਮਤਾ ਬੈਨਰਜੀ ਸੁਬਿੰਦੂ ਅਧਿਕਾਰੀ ਕੋਲੋਂ ਹਾਰ ਗਈ ਉਸ ਲੀਡਰ ਦੇ ਕੋਲੋਂ ਜਿਹੜਾ ਕਿ ਮਮਤਾ ਬੇਨਰਜੀ ਦਾ ਖਾਸਮ ਖਾਸ ਹੋਇਆ ਕਰਦਾ ਸੀ ਯਾਨੀ ਕੁੱਲ ਮਿਲਾ ਕੇ ਪੱਛਮੀ ਬੰਗਾਲ ਵਿੱਚ ਵੀ ਭਾਜਪਾ ਨੇ ਵਿਰੋਧੀਆਂ ਦੇ ਸਭ ਤੋਂ ਮਜ਼ਬੂਤ ਸਿਆਸੀ ਮੋਹਰੇ ਦੇ ਮੋਢਿਆਂ ਦੇ ذریعے ਆਪਣੇ ਆਪ ਨੂੰ ਸੂਬੇ ਦੇ ਵਿੱਚ ਦੂਜੇ ਨੰਬਰ ਦੀ ਪਾਰਟੀ ਬਣਾ ਦਿੱਤਾ ਉਸ ਤੋਂ ਬਾਅਦ ਗੱਲ ਆਉਂਦੀ ਹੈ ਮੱਧ ਪ੍ਰਦੇਸ਼ ਦੀ ਇੱਥੇ ਵੀ ਭਾਜਪਾ ਨੇ ਕਾਂਗਰਸ ਦੇ ਦਿੱਗਜ ਲੀਡਰ ਜੋਤੀਰਾ ਦਿੱਤਿਆ ਸਿੰਧਿਆ ਦੇ ਮੋਢੇ ਦੇ ਸਹਾਰੇ ਸੱਤਾ ਵਿੱਚ ਵਾਪਸੀ ਕੀਤੀ ਸੀ ਕਮਲਨਾਥ ਦੀ ਸਰਕਾਰ ਨੂੰ 18 ਮਹੀਨੇ ਦੇ ਅੰਦਰ ਅੰਦਰ ਡੇਗ ਦਿੱਤਾ ਗਿਆ ਉਸ ਤੋਂ ਬਾਅਦ ਜੇ ਮਧ ਪ੍ਰਦੇਸ਼ ਦੀ ਗੱਲ ਕਰਨ ਲਈਏ ਤਾਂ ਇੱਥੇ ਵੀ ਭਾਜਪਾ ਨੇ ਅਜੀ ਹਾਈ ਸਿਆਸੀ ਖੇਡ ਖੇਡਿਆ ਤੇ ਮਹਾਰਾਸ਼ਟਰ ਦੇ ਵਿੱਚ ਵੀ ਭਾਜਪਾ ਨੇ ਇਸੇ ਤਰ੍ਹਾਂ ਸੱਤਾ ਹਾਸਲ ਕੀਤੀ ਐਨਸੀਪੀ ਸ਼ਿਵ ਸੇਨਾ ਤੇ ਕਾਂਗਰਸ ਨੇ ਇੱਥੇ ਮਿਲ ਕੇ ਸਰਕਾਰ ਬਣਾਈ ਪਰ 2.5 ਸਾਲ ਦੇ ਅੰਦਰ ਹੀ ਭਾਜਪਾ ਨੇ ਸਭ ਤੋਂ ਪਹਿਲਾਂ ਸ਼ਿਵ ਸੇਨਾ ਦੇ ਵਿੱਚ ਏਕਨਾਥ ਸ਼ਿੰਦੇ ਦੇ ਰੂਪ ਚ ਵੱਡੀ ਬਗਾਵਤ ਕਰਵਾਈ ਤੇ ਹੁਣ ਅਜੀਤ ਪਵਾਰ ਦੇ ਰੂਪ ਚ ਐਨਸੀਪੀ ਨੂੰ ਤੋੜ ਕੇ ਪੂਰਾ ਬਦਲਾ ਆਪਣਾ ਤੋੜ ਕੇ ਆਪਣਾ ਬਦਲਾ ਪੂਰਾ ਕਰ ਲਿਆ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਨੂੰ ਐਨਸੀਪੀ ਅਤੇ ਸ਼ਿਵ ਸੈਨਾ ਤੋਂ ਹੀ ਵਾਰ-ਵਾਰ ਚੁਣੌਤੀ ਮਿਲਦੀ ਸੀ ਦੋਵੇਂ ਪਾਰਟੀਆਂ ਦੇ ਦਿਗਜਾਂ ਨੂੰ ਆਪਣੇ ਨਾਲ ਸਿੱਧੇ ਤੌਰ ਤੇ ਮਿਲਾ ਕੇ ਬੀਜੇਪੀ ਨੇ ਵੀ ਸੱਤਾ ਦੀ ਚਾਬੀ ਹਾਸਲ ਕੀਤੀ ਕਰਨਾਟਕਾ ਦੇ ਵਿੱਚ ਵੀ ਬੀਜੇਪੀ ਨੇ ਇਸੇ ਤਰ੍ਹਾਂ 2018 ਦੇ ਵਿੱਚ ਕਾਂਗਰਸ ਅਤੇ ਜੀਡੀਐਸ ਦੇ ਵਿਧਾਇਕਾਂ ਨੂੰ ਆਪਣੇ ਨਾਲ ਮਿਲਾ ਕੇ ਸਰਕਾਰ ਤੋੜੀ ਸੀ ਬੀਜੇਪੀ ਦਾ 360 ਡਿਗਰੀ ਵਾਲਾ ਇਹ ਫਾਰਮੂਲਾ 99% ਤੀ ਸਫਲ ਰਿਹਾ ਹੈ ਸਿਰਫ ਰਾਜਸਥਾਨ ਦੇ ਵਿੱਚ ਇਸ ਸਿਆਸਤ ਦੇ ਜਾਦੂਗਰ ਅਸ਼ੋਕ ਗਹਿਲੋਤ ਦੇ ਸਾਹਮਣੇ 5 ਸਾਲ ਦੇ ਵਿੱਚ ਬੀਜੇਪੀ ਦਾ ਇਹ ਫਾਰਮੂਲਾ ਕਈ ਵਾਰੀ ਫੇਲ ਸਾਬਤ ਹੋਇਆ ਹੈ ਬੀਜੇਪੀ ਨੇ ਰਾਜਸਥਾਨ ਦੀ ਸੱਤਾ ਹਾਸਲ ਕਰਨ ਦੇ ਲਈ ਸਚਨ ਪਾਇਲਟ ਨੂੰ ਚੁਣਿਆ ਸੀ ਪਰ ਅਸ਼ੋਕ ਗਹਿਲੋਤ ਅਤੇ ਬੀਜੇਪੀ ਦੇ ਸਾਬਕਾ ਮੁੱਖ ਮੰਤਰੀ ਵਸੁੰਦਰਾ ਰਾਜੇ ਸਿੰਧિયા ਦੀ ਦੋਸਤੀ ਬੀਜੇਪੀ ਦੀ ਚਾਲ ਤੇ ਪਾਣੀ ਫੇਰਦੀ ਰਹੀ ਇੱਥੇ ਭਾਜਪਾ ਨੂੰ ਘਰ ਦਾ ਭੇਤੀ ਲੰਕਾ ਟਾਹੇ ਵਰਗਾ ਜਵਾਬ ਅਸ਼ੋਕ ਗਹਿਲੋਤ ਨੇ ਵਸੁੰਦਰਾ ਰਾਜੇ ਸਿੰਧਿਆ ਦੇ ਨਾਲ ਮਿਲ ਕੇ ਦਿੱਤਾ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ 360 ਡਿਗਰੀ ਸੱਤਾ ਕਮਾਉਣ ਦੇ ਲਈ ਸੁਨੀਲ ਜਾਖੜ ਹੀ ਭਾਜਪਾ ਦੀ ਸਭ ਤੋਂ ਵੱਡੀ ਉਮੀਦ ਜਾਪਦੀ ਹੈ ਭਾਜਪਾ ਦਾ ਇਹ ਦਾਅ ਪੰਜਾਬ ਦੇ ਵਿੱਚ ਕਿੰਨਾ ਕੁ ਸਫਲ ਹੋਏਗਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ ਕਿਉਂਕਿ ਪੰਜਾਬ ਦੀ ਸਿਆਸਤ ਨੂੰ ਸਮਝਣਾ ਕੋਈ ਸੌਖੀ ਗੱਲ ਨਹੀਂ ਹੈ ਭਾਜਪਾ ਭਾਵੇਂ ਕਿੰਨੀ ਵੱਡੀ ਮਰਜ਼ੀ ਪਾਰਟੀ ਹੋਵੇ ਪਰ ਪੰਜਾਬ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਕੀ ਹੈ ਕਿਸ ਤਰੀਕੇ ਦੇ ਨਾਲ ਉਹ ਸਿਆਸੀ ਬਾਜ਼ੀ ਪਲਟ ਦਿੰਦੇ ਨੇ ਇਸ ਨੂੰ ਵੱਡੀਆਂ-ਵੱਡੀਆਂ ਪਾਰਟੀਆਂ ਵੱਡੇ-ਵੱਡੇ ਸਿਆਸੀ ਲੀਡਰ ਵੀ ਸਮਝ ਨਹੀਂ ਪਾਉਂਦੇ ਪੰਜਾਬ ਦਾ ਭਵਿੱਖ ਪੰਜਾਬੀਆਂ ਦੇ ਆਪਣੇ ਹੱਥ ਵਿੱਚ ਹੈ ਖਾਸ ਰਿਪੋਰਟ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ